ਡਾਂਸ ਕਰਕੇ ਦਿਖਾਓ। ਕੀ ਬਣਾਉਣ ਲੱਗੇ ਹੋ? ਅੱਛਾ ਜੀ, ਅਸੀਂ ਕਣ ਬਣਾਇਆ ਸੀ ਕੱਦੂ ਗੋਸ਼ਤ, ਅਤੇ ਪਤਾ ਨਹੀਂ ਕੀ ਮੌਸਮ ਚੇਂਜ ਹੁੰਦਾ, ਕੋਈ ਵੀ ਚੀਜ਼ ਖਾਣ ਨੂੰ ਦਿਲ ਨਹੀਂ ਕਰਦਾ, ਰੋਟੀ ਨੂੰ ਤਾਂ ਬਿਲਕੁਲ ਹੀ ਨਹੀਂ ਕਰਦਾ ਹੈਗਾ। ਅੱਜ ਕੱਲ੍ਹ ਆ ਕੇ ਹਰ ਸਾਲ ਹੀ ਇਵੇਂ ਹੁੰਦਾ ਵਾ, ਅਤੇ ਮੇਰਾ ਇਰਾਦਾ ਬਣਿਆ ਵੀ ਮੈਂ ਥੋੜ੍ਹੇ ਜਿਹੇ ਚਨੇ ਪਏ ਸੀਗੇ, ਮੈਂ ਕਿਹਾ ਚਨੇ ਉਹ ਕਰਕੇ ਬੋਇਲ ਚਨੇ ਸਟਾਈਲ ਚ, ਮੈਂ ਕਿਹਾ ਉਹਨਾਂ ਨੂੰ ਬੋਇਲ ਕਰਕੇ ਨਾ। ਅੱਛਾ, ਬਜਰੀ ਲੈ ਕੇ ਆ ਗਿਆ ਇੱਥੇ ਚੀਜ਼ੀ, ਮੈਂ ਅੱਜ ਸਫਾਈ ਕੀਤੀ। ਅੱਛਾ, ਇੱਥੇ ਨਾ ਖਿਲਾਰੀ, ਮੈਂ ਅੱਜ ਸਫਾਈਆਂ ਕੀਤੀਆਂ। ਠੰਡ ਵੀ ਹੈਗੀ ਹੈ, ਉਹ ਸੈਡ ਤੇ ਆ ਜਾਂਦੀ ਅੰਦਰ ਤੱਕ ਧੁੱਪ, ਤੇ ਉਧਰੋਂ ਸੇਕ ਪੈਂਦਾ ਵਾ, ਉਹ ਸੈਡ ਸਰਦੀਆਂ ਵਾਸਤੇ ਠੀਕ ਆ, ਆ ਗਰਮੀਆਂ ਵਾਸਤੇ ਠੀਕ ਆ। ਅੱਲਾ ਪਾਕ ਦਾ ਸ਼ੁਕਰ ਉਸ ਮਾਲਕ ਦੀ ਜ਼ਾਤ ਦਾ, ਜਿੰਨਾ ਅਦਾ ਕਰੋ ਓਨਾ ਘੱਟ ਆ। ਅਤੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੱਕ ਦੋ ਸੇਨ ਹੋਣਗੇ, ਜਾਂ ਅਸੀਂ ਜਿਸ ਘਰ 'ਚ ਰਹਾਂਗੇ, ਜਾਂ ਜਿਹੜਾ ਹਿਸਾਬ ਕਿਤਾਬ ਆ। ਅਸੀਂ ਸਿਰਫ ਆਪਣੀ ਚਾਚੀ ਅਤੇ ਚਾਚੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੂੰ, ਬਹੁਤ ਅੱਲਾ ਤਾਲਾ ਸਿਹਤ ਤੰਦਰੁਸਤੀ ਦੇਵੇ, ਅੱਲਾ ਤਾਲਾ ਬਹੁਤ ਸਾਰੀ ਖੁਸ਼ੀਆਂ ਨਵਾਜ਼ੇ। ਅਤੇ ਸਵਾਏ ਦੁਆ ਤੋਂ ਸਾਡੇ ਕੋਲ ਕੁਛ ਨਹੀਂ ਹੈਗਾ, ਅਤੇ ਉਹਨਾਂ ਨੇ ਐਪ ਬਣਾਇਆ ਸਾਰਾ ਕੁਛ, ਅਤੇ ਆਪਣਾ ਇੱਧਰ ਵੀ ਸੇਨ ਇੱਧਰ ਵੀ ਸੇਨ, ਮਾਸ਼ਾ ਅੱਲਾ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਫਿਰ ਇਹ ਸਾਹਮਣੇ ਆ ਇਸ ਤਰ੍ਹਾਂ ਦਾ ਗੇਟ, ਜਾਂ ਇਸ ਤਰ੍ਹਾਂ ਦੇ ਪਿੱਲਰ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਸੀ ਹੈਗੀਆਂ ਵੀ ਹੋਣਗੀਆਂ, ਜਾਂ ਅਤੇ ਅੱਜ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਵੀ ਬਹੁਤ ਘਰ ਪਸੰਦ ਕੀਤਾ। ਮੈਂ ਉਹਨਾਂ ਨੇ ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਮਾਸ਼ਾਅੱਲਾ ਮਾਸ਼ਾਅੱਲਾ, ਲੱਗਦਾ ਵੀ ਕਿਸੇ ਬਾਹਰ ਘਰ ਬਣਾਇਆ ਵਾ। ਅਤੇ ਬਾਕੀ ਬਾਕੀ ਜਿਹੜੇ ਇੱਥੇ ਦੇ ਲੋਕ ਆ ਸਾਰੇ ਆਪਣਾ ਨਾ ਬਹੁਤ ਹਾਲਾਤ ਤੰਗ, ਹਰ ਬੰਦੇ ਦੇ ਆਪਣਾ ਮਸਾਂ ਹੀ ਘਰ ਦਾ ਲੂਣ ਤੇਲ ਹੀ ਮਸਾਂ ਚਲਾਉਂਦਾ ਹਰ ਬੰਦਾ। ਮੈਂ ਕਹਿੰਦਾ ਮਹੀਨੇ ਤਾਂ ਰਾਸ਼ਨ ਹੀ ਚੱਲੀ ਚੱਲੇ, ਉਹ ਵੀ ਬੜੀ ਗੱਲ। ਹਾਂਜੀ, ਅੱਲਾ ਤਾਲਾ ਸ਼ੁਕਰ ਅਦਾ ਕਰੋ ਕਿ ਇੱਕ ਮਹੀਨੇ ਦਾ ਅਸੀਂ ਪੰਜ ਫੈਮਲੀ ਦੇ ਲੋਕ ਆ, ਸਰਫੇ ਅਤੇ ਦੂਸੀ ਨਾਲ ਵੀ ਚੱਲੋ ਨਾ, ਅਤੇ 40-50 ਹਜ਼ਾਰ ਰੁਪਈਆ ਮਹੀਨੇ ਦਾ ਖਰਚਾ, ਕਿਉਂਕਿ ਦੁੱਧ ਵੀ ਮੋਲੀ ਆ, ਸਿਲੰਡਰ, ਬਾਕੀ ਰਾਸ਼ਨ ਲਾ ਲਓ, ਵਿੱਚ ਦਵਾਈ ਦਾਰੂ ਲਾ ਲਓ, ਸਾਰਾ ਕੁਛ ਕਰਕੇ ਨਾ ਖਾ ਲਓ ਨਾ ਬੇਟਾ। ਅਤੇ ਬਸ ਬਹੁਤ ਮੁਸ਼ਕਿਲ ਹਾਲਾਤ ਆ ਲੋਕ, ਅਤੇ ਆਪਣਾ ਆਸੇ ਪਾਸੇ ਦੇ ਜਿਹੜੇ ਕਿਸੇ ਨੇ ਕੀ ਮਕਾਨ ਬਣਾਉਣਾ, ਅਤੇ ਕਿਸੇ ਨੇ ਕੀ ਕਰਨਾ। ਨਾਲ ਵਾਲੀ ਫਲ ਚਾਚੀ ਕਹਿ ਰਹੀ ਸੀ, ਕਹਿੰਦੀ ਹੁਣ ਅਸੀਂ ਗਾਂ ਵੇਚਣੀ ਆ, ਵੇਚ ਕੇ ਨਾ ਅਤੇ ਇੱਕ ਦੋ ਅੰਦਰਾਂ 'ਚ ਪਲਸਤਰ ਰਹਿੰਦਾ, ਉਹ ਕਰਕੇ ਪਰਚ ਲਾ ਕੇ ਅਤੇ ਮੁੰਡੇ ਦਾ ਵਿਆਹ ਕਰਨਾ। ਕਿਉਂਕਿ ਉੱਦਾਂ ਜੇ ਬੰਦਾ ਕਹੇ ਨਾ, ਜਿਹੜਾ ਬੰਦਾ ਹੁਣ ਆਪਣਾ ਸਾਡੇ ਵਾਂਗੂ ਮਿਹਨਤ ਮਜ਼ਦੂਰੀਆਂ ਕਰਦੇ ਆ, ਉਹ ਮਕਾਨ ਨਹੀਂ ਬਣਾ ਸਕਦਾ। ਹਾਂਜੀ, ਅਤੇ ਸ਼ੁਕਰ ਅੱਲਾ ਪਾਕ ਦੀ ਜ਼ਾਤ ਦਾ ਭਾਈ, ਮੈਂ ਤਾਂ ਹਰ ਸਾਰਾ ਸ਼ੁਕਰੀਆ ਅਦਾ ਕਰਦੀ ਹਾਂ ਅੱਲਾ ਦਾ ਵੀ, ਅਤੇ ਆਪਣੇ ਹਾਂਜੀ ਹਾਂ ਠੀਕ ਠੀਕ ਆ। ਅਤੇ ਇਹ ਸਾਈਡ ਸਾਡੀ ਮਾਸ਼ਾਅੱਲਾ ਸੋਹਣੀ ਵੀ ਲੱਗਦੀ ਆ, ਅਤੇ ਇਸ ਸਾਈਡ 'ਤੇ ਛਾਂ ਵੀ ਆ ਜਾਂਦੀ, ਜਦੋਂ ਸਾਡਾ ਗਾਰਡਨ ਬਣ ਗਿਆ, ਇੱਥੇ ਮੁੰਡੀਆਂ ਰੱਖ ਕੇ ਬੰਦਾ ਬੈਠਾ ਹੋਵੇ ਤਾਂ ਕਿਆ ਹੀ ਸੋਹਣਾ ਲੱਗੇ। ਮੈਨੂੰ ਤਾਂ ਇਹ ਦਰਵਾਜ਼ਾ ਨਿੱਕਾ ਬੜਾ ਪਿਆਰਾ ਲੱਗਦਾ ਹੈ, ਜਿਹੜਾ ਛੋਟਾ ਛੋਟਾ ਹੈ ਨਾ। ਬਹੁਤ ਨਾਈਸ ਆ। ਅਤੇ ਮੈਂ ਹੁਣ ਲੱਗੀ ਹਾਂ ਜੀ ਅੱਜ ਚਨੇ ਵਾਲਾ ਪਰੌਂਠਾ ਬਣਾਉਣ, ਹੋਰ ਕੁਛ ਨਹੀਂ ਖਾਧਾ ਜਾਂਦਾ। ਆ ਜਾ ਕੇ ਨੇ ਸਾਡੇ ਕੋਲ ਸਿਰਫ ਇੱਕ ਚਾਵਲ, ਉਹ ਵੀ ਅੱਲਾ ਦਾ ਸ਼ੁਕਰ ਹੈ ਕਿ ਘਰ 'ਚ ਕੋਈ ਲੈ ਕੇ ਰੱਖੇ ਹੋਏ ਨੇ, ਜੇ ਵੀ ਮੈਨੂੰ 400 ਰੁਪਏ ਕਿਲੋ ਲਿਆ ਕੇ ਪਕਾਉਣਾ ਪੈਣਾ, ਫਿਰ ਮੈਂ ਉਹ ਵੀ ਕਹਿਣਾ ਵੀ ਰਹਿਣ ਦਿਓ, ਕੋਈ ਜ਼ਰੂਰਤ ਨਹੀਂ ਹੈਗੀ। ਅਤੇ ਮੈਂ ਬੜਾ ਕਹਿ ਰਹੀ ਸੀ ਕਿ ਤੁਹਾਡੇ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਆ, ਬਹੁਤ ਜ਼ਿਆਦਾ ਕਮਜ਼ੋਰ, ਇਹਨਾਂ ਨੂੰ ਧੁੰਨ ਧੁੰਨ ਕੇ ਦਹੀਂ ਖਿਲਾਓ। ਉਹਨਾਂ ਨੇ ਕਿਹਾ ਅਸੀਂ ਤਾਂ ਖੁਦ ਦਹੀਂ ਬਹੁਤ ਜ਼ਿਆਦਾ ਖਾਂਦੇ, ਦਹੀਂ ਨਾਲ ਬੱਚਿਆਂ ਦੀ ਸਿਹਤ ਠੀਕ ਹੁੰਦੀ ਆ। ਅਤੇ ਅਸੀਂ ਕਿਹਾ ਵੀ ਠੀਕ ਆ, ਕੋਸ਼ਿਸ਼ ਕਰਾਂਗੇ, ਲੇਕਿਨ ਸਾਡੇ ਬੱਚੇ ਸ਼ੁਰੂ ਤੋਂ ਅਸੀਂ ਰਹੇ ਸੀ ਸ਼ਹਿਰ 'ਚ, ਦਹੀਂ ਵੀ ਨਾ ਇਹਨਾਂ ਨੇ ਦੇਖਿਆ ਨਾ ਇਹ ਲੱਗੇ। ਲੇਕਿਨ ਉਹ ਕਹਿੰਦੇ ਕਿ ਦਹੀਂ ਇਹਨਾਂ ਨੂੰ ਆਦਤ ਬਣਾਓ, ਦਹੀਂ ਖਿਲਾਓ। ਹਾਂਜੀ, ਹੁਣ ਸਾਡੇ ਉੱਥੇ ਮਾਸ਼ਾਅੱਲਾ ਮੋਏ ਜ਼ੀਬਾ ਹੋਣੀਆਂ, ਉਹਨਾਂ ਨੂੰ ਦਹੀਂ ਦਾ ਪਤਾ, ਮੱਖਣ ਦਾ ਪਤਾ, ਲੱਸੀ ਦਾ ਪਤਾ,
ਉਹ ਇਹ ਸਾਰੀਆਂ ਚੀਜ਼ਾਂ ਖਾਂਦੇ ਪੀਂਦੇ ਆ ਅਤੇ ਜਿਹੜੇ ਮੇਰੇ ਬੱਚੇ ਲੱਸੀ ਨੂੰ ਦਹੀਂ ਨੂੰ ਮੂੰਹ ਨਹੀਂ ਲਾਉਂਦੇ ਹੈਗੇ ਉੱਥੇ ਚੱਲ ਜਾਣਾ ਮੀ ਮੱਖਣ ਨਾਲ ਰੋਟੀ ਚੋਪੜ ਦੇਵੇ ਅਤੇ ਕਹਿੰਦੇ ਨਾਨੀ ਐਂ ਨਹੀਂ ਖਾਣੀ ਸਾਨੂੰ ਤਾਂ ਦਾਲ ਤਿਆਰੀ ਬਣਾ ਕੇ ਦੇਣੀ ਸੀ ਕਿਉਂਕਿ ਸ਼ੁਰੂ ਤੋਂ ਇਹਨਾਂ ਨੇ ਇਹੀ ਚੀਜ਼ ਦੇਖੀ ਨਾ ਸਾਡੇ ਕੋਲ ਹੈ ਸੀ ਅਤੇ ਹਾਲਾਤ ਵੀ ਇਸ ਤਰ੍ਹਾਂ ਦੇ ਸੀਗੇ ਅਤੇ ਨਾ ਮੱਖਣ ਬੱਚਿਆਂ ਕੋਲ ਲੈ ਕੇ ਬੱਚਿਆਂ ਨੂੰ ਦਿੱਤਾ ਗਿਆ ਅਤੇ ਨਾ ਬੱਚਿਆਂ ਨੂੰ ਆਦਤ ਪਈ ਅਤੇ ਹੁਣ ਅਸੀਂ ਆਪਣਾ ਅੱਲਾ ਦਾ ਸ਼ੁਕਰ ਅਦਾ ਕਰਦੇ ਹਾਂ ਅਤੇ ਹੌਲੀ ਹੌਲੀ ਕਿਤੇ ਹੋਇਆ ਅਤੇ ਅਸੀਂ ਇੱਕ ਨਾਲ ਮੱਝ ਰੱਖ ਲੈਣੀ ਹੈ ਘਰ ਦਾ ਦੁੱਧ ਆਪਣੇ ਬੱਚੇ ਨੂੰ ਘਰ ਦੀਆਂ ਦਹੀਂ ਲੱਸੀ ਦੁੱਧ ਦੀ ਮੱਛੀ ਬਣਾਉਣ ਖਾਣ ਪੀਣ ਅਤੇ ਹਾਲੇ ਤਾਂ ਨਹੀਂ ਹਿਸਾਬ ਕਿਤਾਬ ਕੋਈ ਵੀ ਲੱਗਦਾ ਕਿਉਂਕਿ ਹਾਲੇ ਥੋੜ੍ਹੀ ਮਸੂਲੀਅਤ ਜ਼ਿਆਦਾ ਥੋੜ੍ਹੀ ਜਿਹਾ ਮਾਰ ਤਕੜਾ ਹੋ ਜਾਵੇ ਨਾਲ ਕੋਈ ਕਿਤੇ ਰਸੂਲਾ ਘਰ ਨਾ ਹੋਣ ਮਤਲਬ ਅਤੇ ਮਾਰ ਜਿਹੜਾ ਨਾ ਕੋਈ ਥੋੜ੍ਹੀ ਜਿਹੀ ਹੈਲਪ ਕਰ ਪੱਠੇ ਪੁੱਠੇ ਲਿਆ ਹੋਵੇ ਹਾਂਜੀ ਕਿਉਂਕਿ ਮੇਰੀ ਤਾਂ ਮੈਂ ਤਾਂ ਨਹੀਂ ਕਰ ਸਕਦੀ ਇੰਨਾ ਮੇਰੇ ਕੋਲ ਤਾਂ ਘਰ ਉਹ ਕਹਿੰਦੀ ਵੀ ਤੁਹਾਡੀ ਹਿੰਮਤ ਆ ਜਾਂ ਕਹਿੰਦੇ ਵੀ ਏਡਾ ਵੱਡੇ ਘਰ ਨੂੰ ਸਾਫ਼ ਸੁਥਰਾ ਰੱਖਣਾ ਸਾਰਾ ਕੁਛ ਉਹਨੇ ਕਿਹਾ ਵੀ ਇਹ ਤਾਂ ਸਫਾਈ ਦੇਖ ਕੇ ਅੱਜ ਉਹ ਮੰਨ ਗਈ ਉਹਨੇ ਕਿਹਾ ਕਿ ਮਾਸ਼ਾਅੱਲਾ ਜੀ ਜਿਹੜਾ ਨਾ ਉਹਨਾਂ ਨੇ ਕਿਹਾ ਕਿ ਇੰਨੇ ਨੂੰ ਕਲੀਨ ਕਰਨਾ ਸਾਫ਼ ਕਰਨਾ ਉਹਨੇ ਕਿਹਾ ਵੀ ਵਾਕਈ ਜਿਹੜਾ ਨਾ ਦੇਖੋ ਸੁਮੈਰਾ ਨੇ ਉਹ ਗੇਟ ਤੱਕ ਮਾਸ਼ਾਅੱਲਾ ਜਿਹੜਾ ਨਾ ਉਹ ਸਾਫ਼ ਕੀਤਾ ਧੋਤਾ ਸਾਰਾ ਉਹਦੇ ਅਦਨ ਪਤਾ ਕੀ ਕਹਿੰਦੀ ਸੀ ਕਲਰ ਕਰਵਾਉਂਦੇ ਹਾਂ ਅਦਨ ਬੇਟਾ ਕਹਿ ਰਿਹਾ ਸੀ ਕਹਿੰਦਾ ਸੀ ਕਿ ਜਿਹੜੀ ਹੈ ਨਾ ਸਾਡੀ ਮੈਮ ਬਹੁਤ ਸਫਾਈ ਪਸੰਦ ਆ ਅਤੇ ਜੇ ਉਹਨੂੰ ਬਹੁਤ ਅੱਛਾ ਲੱਗਦਾ ਬਹੁਤ ਖੁਸ਼ੀ ਹੁੰਦੀ ਆ ਉਹਨੂੰ ਜਿਹੜਾ ਨਾ ਸਾਫ਼ ਸੁਥਰਾ ਦੇ ਕੇ ਮੈਨੂੰ ਤਾਂ ਜੋ ਮਰਜ਼ੀ ਆ ਆਪਣਾ ਹੀ ਘਰ ਸਾਫ਼ ਸੁਥਰਾ ਅਤੇ ਆਪਣਾ ਹੀ ਹਾਲ ਲੱਗਦਾ ਵਾ ਕਿਤੇ ਵੀ ਚਲੇ ਜਾਓ ਮੇਰੇ ਤਾਂ ਖੁਦ ਨਹੀਂ ਪਸੰਦ ਨਹੀਂ ਆਉਂਦਾ ਪਾਸ ਨਹੀਂ ਆਉਂਦਾ ਪਾਸ ਨਹੀਂ ਆਉਂਦਾ ਲੇਕਿਨ ਹਾਲੇ ਕਿ ਮੇਰੇ ਕੋਲ ਖੁਦ ਪੂਰੀ ਨਹੀਂ ਆ ਸਕਦੀ ਮੈਂ ਹੁਣ ਮੇਰੀ ਕਿਚਨ ਵਾਲੀ ਸਾਈਡ ਜਿਹੜੀ ਸੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸਾਰਾ ਹੀ ਕੂਚ ਮਾਂਜ ਲਵਾਂ ਲੇਕਿਨ ਕਿਚਨ 'ਚ ਮੇਰੇ ਕੁਛ ਬਰਤਨ ਸੈੱਟ ਕਰਨ ਵਾਲੇ ਰਹਿ ਗਏ ਸੀ ਚੁੱਲ੍ਹੇ ਚੁੱਲ੍ਹੇ ਸਾਫ਼ ਕਰਨ ਵਾਲੇ ਰਹਿ ਗਏ ਸੀਗੇ ਅਤੇ ਇਹ ਸਾਈਡ ਮੈਂ ਉਹ ਅਤੇ ਆਪੀ ਫਰਾਂ ਨੇ ਵੀ ਕਿਹਾ ਉਹਨੇ ਕਿਹਾ ਤੁਸੀਂ ਨਾ ਇਹ ਪੋਰਸ਼ਨ ਬਿਲਕੁਲ ਸਾਫ਼ ਸੁਥਰਾ ਰੱਖ ਲਿਆ ਕਰੋ ਤਾਂ ਸੌ ਭੈਣ ਭਰਾ ਆ ਜਾਂਦਾ ਪਰਲਾ ਜਿਹੜਾ ਉਹ ਅੱਠੀ ਜਿਹੀ ਵੀ ਕਰ ਲਿਆ ਅੱਛਾ ਉਹਨਾਂ ਨੇ ਆ ਵਾਸ਼ਰੂਮ ਦੇਖਿਆ ਉਹਨਾਂ ਨੇ ਕਿਹਾ ਓਏ ਹੋਏ 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 ਉਹਨਾਂ ਨੇ ਕਿਹਾ ਵੀ ਮੈਂ ਕਿਹਾ ਵੀ ਇਹ ਸਾਡਾ ਇਸ ਚਾਚੂ ਅਤੇ ਚਾਚੀ ਦਾ ਵਾ ਵਾਸ਼ਰੂਮ ਇਹ ਅਸੀਂ ਜਿਹੜਾ ਨਾ ਉੱਧਰ ਆਪਣਾ ਬਣਾਇਆ ਹੋਇਆ ਵਾ ਉੱਧਰ ਵੀ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਇਹ ਪੈਲਿੰਗ ਕਰਵਾਈ ਆ ਉਹਨੇ ਕਿਹਾ ਉਹ ਜਿਹੜੀ ਸੀਲਿੰਗ ਕਰਵਾਈ ਆ ਇਹ ਕਿੱਥੋਂ ਕਰਵਾਈ ਆ ਤੁਸੀਂ ਉਹ ਜਿਹੜਾ ਨਾ ਵਾਸ਼ਰੂਮ ਦੀ ਉਹਦੀ ਛੱਤ ਉਹਦੀ ਬੜੀ ਜ਼ਬਰਦਸਤ ਲੱਗਦੀ ਹੈ ਨਾ ਉਹਨਾਂ ਨੇ ਦੇਖਿਆ ਉਹਨਾਂ ਨੇ ਅੰਦਰ ਵੜ ਕੇ ਜਿਹੜਾ ਨਾ ਉਹ ਸਾਰਾ ਉਹਨਾਂ ਦੇਖਿਆ ਉਹਨਾਂ ਨੇ ਕਿਹਾ ਕਿ ਇਹ ਵੀ ਜਿਹੜਾ ਨਾ ਤੁਸੀਂ ਮੈਂ ਕਿਹਾ ਲਈਏ ਚੋਈ ਕਰਵਾਈਏ ਕਹਿੰਦੇ ਕਿੰਨੇ ਪੈਸੇ ਲੱਗੇ ਮੈਂ ਕਿਹਾ 15,000 ਰੁਪਈਆ ਮੁੱਕਿਆ ਸੀ ਤੇ ਇਹ ਜਿਹੜਾ ਵਾਸ਼ਰੂਮ ਚਾਚੂ ਜੀ ਨੇ ਬਣਵਾਇਆ ਟਾਇਰ ਹੀ ਬੜੀ ਪਿਆਰੀ ਲੱਗਦੀ ਹੈ ਫਿਰ ਜਿਹੜਾ ਅਸੀਂ ਉੱਤੇ ਗੋਲਾ ਜਿਹਾ ਲਵਾਇਆ ਉਹ ਵੀ ਸੋਹਣਾ ਲੱਗਦਾ ਹਾਲੇ ਜੀ ਹੁਣ ਬਸ ਤੁਸੀਂ ਇਹ ਵੀ ਫਿਟਿੰਗ ਕਰਵਾ ਦਿਓ ਅਤੇ ਗੇਟ ਵੀ ਕਲਰ ਕਰਵਾ ਲਓ ਦੋਨੋਂ ਚੀਜ਼ਾਂ ਕਰਵਾਉਣਾ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਗਾਰਡਨ ਕੰਪਲੀਟ ਕਰੀਏ ਹਾਂਜੀ ਗਾਰਡਨ ਕੰਪਲੀਟ ਕਰੀਏ ਤੇ ਹਾਂਜੀ ਆਸਤਾ ਆਸਤਾ ਆਪਣਾ ਨਾ ਦੂਸਰੀ ਗੱਲ ਇਹ ਕਿ ਗੇਟਾਂ ਤੇ ਲਾਈਟਾਂ ਵੀ ਲਵਾਈਏ ਦਰਵਾਜ਼ੇ ਭਨ ਚਲੀ ਗਈ ਸਾਨੂੰ ਪਤਾ ਨੀ ਚੱਲਿਆ ਅਗਰ ਉਹ ਕਿਚਨ ਚ ਹੋਵੇ ਤੇ ਇੱਧਰ ਨਾ ਨੀ ਸੁਣਦਾ ਨਾ ਉਧਰ ਨਾ ਸੁਣਦਾ ਤੇ ਆ ਨੀਲਾ ਤੇ ਆ ਤਾਂ ਅਸੀਂ ਖੋਲਦੇ ਹੀ ਨੀ ਹੈਗੇ ਦੋਨੋਂ ਗੇਟ ਨਹੀਂ ਅਸੀਂ ਖੋਲਦੇ ਉੱਧਰਲਾ ਅਤੇ ਇੱਧਰਲਾ ਖੋਲਦੇ ਜੇ ਉੱਧਰ ਹੋਈਏ ਤਾਂ ਇੱਧਰ ਨਹੀਂ ਸੁਣਦਾ ਜੇ ਇੱਧਰ ਹੋਈਏ ਤਾਂ ਉੱਧਰ ਨਹੀਂ ਸੁਣਦਾ ਅੱਛਾ ਫਿਰ ਇੱਕ ਹੋਰ ਇਹ ਦਰਵਾਜ਼ਾ ਲਾ ਦਈਏ ਨਾ ਤਾਂ ਸਮਝ ਲਓ ਵੀ ਇਹ ਪਰਦਾ ਹੀ ਹੋ ਗਿਆ ਹਾਂਜੀ ਇੰਨੀ ਖੁੱਲ੍ਹੇ ਅਸੀਂ ਛੱਡਦੇ ਨਹੀਂ ਹੈਗੇ ਕਿਉਂਕਿ ਘੜੀ ਦਾ ਬੰਦਾ ਵਸਾਹ ਨਹੀਂ ਖਾਂਦਾ ਹੈਗਾ ਸੌ ਸ਼ਾ ਇੱਧਰ ਪਈ ਆ ਸੌ ਸ਼ਾ ਇੱਧਰ ਪਈ ਹਰ ਸ਼ਾ ਖੁੱਲ੍ਹੀ ਪਈ ਆ ਐਵੇਂ ਕਿਸੇ ਨੂੰ ਚੰਗੀ ਮਾੜੀ ਕਹਿਣ ਨਾਲੋਂ ਬਿਹਤਰ ਆਪਣਾ ਤਾਲੇ ਕੁੰਡੇ ਲਾ ਕੇ ਰੱਖੋ ਬਸ ਹਾਂਜੀ
ਇਸ ਕਰਕੇ ਮੈਂ ਇਹ ਕੰਮ ਹੁੰਦਾ ਵਾ ਤੇ ਬਸ ਹੁਣ ਨਾ ਰੇਡ ਕਲਰ ਕਰਵਾਉਣਾ ਵਾ, ਲਾਈਟਾਂ ਲਵਾਉਣੀਆਂ ਵਾ ਤੇ ਗਾਰਡਨ ਕੰਪਲੀਟ ਕਰਨਾ। ਉਹਨਾਂ ਨੇ ਉਹ ਜ਼ੈਡਜ਼ੀ ਬਹੁਤ ਪਸੰਦ ਕੀਤੀ ਹੈ ਪਰ ਤੁਹਾਨੂੰ ਪਤਾ ਵੀ ਚਾਚੂ ਨੇ ਹਾਂਜੀ ਹਾਂਜੀ ਇੱਦਾਂ ਹੀ ਆ ਅਤੇ ਅੱਛਾ ਬਾਕੀ ਜਿਹੜਾ ਨਾ ਤੁਸੀਂ ਬਣਾਓ ਚਾਵਲ ਅਤੇ ਮੈਂ ਉਮਾਰ ਤਾਂ ਦੇਖਾਂ, ਮੈਂ ਉਹ 'ਚ ਪੈਟਰੋਲ ਪਵਾਇਆ ਸੀ ਵੀ ਕਣਕ ਕੁਣਕ ਵਾਸਤੇ ਉਹ ਸਾਰਾ, ਹਾਂ ਮੋਟਰਸਾਈਕਲ ਲੈ ਕੇ ਗਿਆ ਹੋਇਆ ਉਮਾਰ। ਹੋਰ ਸੁਣਾਓ ਕਣਕ ਛਣਕ ਵੱਢ ਲਈ ਜੇ? ਵੱਢਦੇ ਪਏ ਹਾਂ ਜੀ। ਵੱਢਦੇ ਪਏ ਹੋ? ਸਹੀ ਆ, ਠੀਕ। ਕਿੰਨੀ ਕੁ ਵੱਢ ਲਈ ਹੈ? ਹਾਂਜੀ ਫੁੱਲ ਲੱਗੇ ਹੋਏ ਆ? ਵਾਹ ਬਈ ਵਾਹ ਵਾਹ, ਆਪਣੇ ਘਰ ਵੀ ਬੇਟਾ ਫੁੱਲ ਲੱਗੇ ਹੋਏ, ਆਪਣੇ ਘਰ ਵੀ ਫੁੱਲ ਲੱਗੇ ਹੋਏ ਆ ਜੀ। ਹੈਂ? ਹਾਂਜੀ ਹਾਂਜੀ, ਹੈਂ ਫੁੱਲ ਲੱਗੇ ਹੋਏ ਆ? ਅੱਛਾ ਚਲੋ ਜੀ, ਡੰਗਰ ਸ਼ੰਗਰ ਬਾਬਾ ਜੀ ਦੁੱਧ ਵੀ ਦਿੰਦੇ ਆ? ਅੱਛਾ ਇੱਕ ਤਿਆਰ ਖੜੀ ਹੈ, ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ। ਇਹ ਚੀਜ਼ ਸਾਡੇ ਇੱਥੇ ਲੱਕੜੀ ਦੇ ਤੌਰ 'ਤੇ ਵੀ ਇਸਤੇਮਾਲ ਹੁੰਦੀ ਹੈ, ਗੋਬਰ ਜਿਹੜਾ ਨਾ ਲੱਕੜੀ ਦੇ ਤੌਰ 'ਤੇ ਵੀ ਇਸਤੇਮਾਲ ਕਰਦੇ ਹਾਂ। ਹਾਂਜੀ ਹਾਂਜੀ ਜੀ, ਮੈਂ ਨਾ ਇਨਸ਼ਾਅੱਲਾ ਅਗਰ ਮੈਨੂੰ ਅੱਲਾਹ ਤਾਲਾ ਨੇ ਤੌਫੀਕ ਦਿੱਤੀ ਨਾ, ਅੱਲਾਹ ਤਾਲਾ ਨੇ ਮੇਰੇ ਚੈਨਲ ਨੂੰ ਰੰਗ ਲਾਇਆ ਅਤੇ ਮੈਂ ਨਾ ਇਹ ਜਿਹੜਾ ਗੇਟ ਆ ਨਾ ਇਸ ਨੂੰ ਛੋਟੇ ਸਾਈਜ਼ 'ਚ ਜਿਹੜੀ ਆ ਨਾ ਟਾਇਲ ਉਹ ਲਵਾ ਦੇਣੀ ਆ, ਕਿਉਂਕਿ ਇਸ ਗੇਟ ਦੇ ਸਿਰਫ ਫਰੰਟ ਵਾਲੇ ਪਿੱਲਰ ਜਿਹੜੇ ਆ ਨਾ, ਫਰੰਟ ਵਾਲੇ ਪਿੱਲਰ ਜਿਹੜੇ ਆ ਨਾ ਇਹਨਾਂ ਨੂੰ ਤਕਰੀਬਨ ਦੋਨਾਂ ਨੂੰ ਅੰਦਰਲੀ ਸਾਈਡ ਤੋਂ ਨਹੀਂ ਬਾਹਰਲੀ ਸਾਈਡ ਤੋਂ ਇਨਸ਼ਾਅੱਲਾ ਜਿਹੜਾ ਨਾ ਮੇਰੇ ਚੈਨਲ ਜਿਹੜਾ ਨਾ ਅਗਰ ਗਰੋ ਕਰ ਗਿਆ ਅਤੇ ਟਿਕਟੋਕ ਵੀ ਅਤੇ ਯੂਟਿਊਬ ਵੀ ਅਤੇ ਮੈਂ ਇਨਸ਼ਾਅੱਲਾ ਜਿਹੜਾ ਨਾ ਇਸ ਨੂੰ ਜ਼ਰੂਰ ਜਿਹੜਾ ਨਾ ਇਸ ਨੂੰ ਫੈਂਸੀ ਇਸ ਨੂੰ ਵੀ ਕਰ ਦੇਣਾ, ਉਸ ਨੂੰ ਵੀ ਕਰ ਦੇਣਾ ਜੀ, ਕਿਉਂਕਿ ਮੈਂ ਨਾ ਇਸ ਚੀਜ਼ ਦਾ ਜਿਹੜਾ ਨਾ ਬਹੁਤ ਮੈਨੂੰ ਸ਼ੌਕ ਆ, ਘਰ ਨੂੰ ਡੈਕੋਰੇਟ ਕਰਨ ਦਾ, ਘਰ ਨੂੰ ਬਣਾਉਣ ਦਾ ਮੇਰਾ ਬੜਾ ਦਿਲ ਕਰਦਾ ਕਿ ਮੇਰਾ ਘਰ ਇਸ ਤਰ੍ਹਾਂ ਦਾ ਹੋਵੇ। ਹਾਂਜੀ ਜ਼ਿਆਨ ਬਸ ਉਸ ਤਰ੍ਹਾਂ ਹੀ ਬਾਹਰ ਨਿਕਲ ਗਿਆ ਸੀ, ਉਹਨੂੰ ਉਮਾਰ ਨੂੰ ਦੇਖਦੇ ਸੀ ਅਤੇ ਉਮਾਰ ਨੂੰ ਦੇਖਦੇ ਦੇਖਦੇ ਅਸੀਂ ਬਾਹਰ ਆ ਗਏ ਅਤੇ ਫਿਰ ਇਹ ਜ਼ਿਆਨ ਵੀ ਮੇਰੇ ਨਾਲ ਉਸ ਤਰ੍ਹਾਂ ਹੀ ਆ ਗਿਆ। ਇਹਦੇ ਸ਼ੂਜ਼ ਪਾ ਕੇ ਰੱਖਿਆ ਕਰੋ, ਜੇ ਕੋਈ ਕੰਡਾ ਵਗੈਰਾ ਲੱਗ ਗਿਆ ਸੂਈ ਨਹੀਂ ਲਗਾਉਣ ਦਿੰਦਾ ਫਿਰ। ਹਾਂਜੀ ਹੈਂ ਖਤਮ ਹੋ ਗਿਆ? ਅੱਛਾ ਸਹੀ ਹੈ। ਅੱਛਾ ਇਸ ਤਰ੍ਹਾਂ ਹੀ ਪੈਪ ਸੁਬਹ ਪਾਣੀ ਲਗਾਉਣਾ ਵਾ। ਹੈਂ ਇਹ 'ਚ ਪੈਟਰੋਲ ਹੈਗਾ? ਦੇ ਤਾਂ ਚੈੱਕ ਕਰ ਤਾਂ। ਹੈਂ ਟਮਾਟਰ ਅਤੇ ਹਰੀਆਂ ਮਿਰਚਾਂ ਸਾਰਾ ਕੁਝ ਧੋ ਕੇ ਕੱਟ ਕੇ ਫਟਾਫਟ, ਅਤੇ ਮੇਰਾ ਖਿਆਲ 5:00 ਵੱਜ ਗਏ ਹੋਣੇ ਆ।
ਤੇ ਇਹ ਘਰ ਦੇ ਪਿਆਜ਼ ਨਾਲ ਮੁੱਕਦੇ ਹੀ ਜਾ ਰਹੇ ਆ। ਇੱਕ ਪਾ ਲਾਂਗੇ ਸਲਾਦ 'ਚ ਅਤੇ ਦੋ ਚਾਵਲਾਂ 'ਚ, ਅਤੇ ਅੱਜ ਆਨੂ ਖੀਰਾ ਵੀ ਕਿਸੇ ਨੇ ਖਾਧਾ ਹੀ ਨਹੀਂ, ਬਾਕੀ ਆਏ ਹੁਣ ਮੈਂ ਫਟਾਫਟ ਜਾ ਕੇ ਲੱਗਣੇ। ਠੀਕ ਹੋ ਗਿਆ, ਤੁਸੀਂ ਬਣਾਓ। ਉਹ ਦੇਖ 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 ਪੰਗੇ ਲੈਂਦਾ। ਹਾਂਜੀ, ਉਹ ਨਾ ਕਹਿੰਦੇ ਭੂਕਾਂ ਜਦੋਂ ਪੱਕ ਜਾਣ ਨਾ ਤੇ ਉਦੋਂ ਪੱਟਣੇ ਚਾਹੀਦੇ। ਹਾਂਜੀ, ਸੁੱਕੀਆਂ ਸੁੱਕੀਆਂ ਹੋ ਜਾਣ। ਉਸ ਸਿਆਣੇ ਕਹਿੰਦੇ ਆ ਕਿ ਇਹ ਹਜੇ ਹਰੀਆਂ ਖੜੀਆਂ ਤਾਕਤ 'ਚ ਆ, ਯਾਨੀ ਕਿ ਹਜੇ ਕੱਚੇ ਆ। ਹਾਂਜੀ, ਨਹੀਂ ਨਹੀਂ ਉੱਥੇ ਜਗ੍ਹਾ ਠੀਕ ਆ, ਉੱਥੇ ਏਡੀ ਵੀ ਮਾੜੀ ਨਹੀਂ ਹੈਗੀ ਜਗ੍ਹਾ, ਲੇਕਿਨ ਸ਼ੈੱਡ ਦੂਰ ਚਲੇ ਜਾਂਦਾ, ਇੱਥੇ ਜ਼ਰਾ ਸੋਹਣਾ ਲੱਗਣਾ ਸੀ। ਮੈਂ ਕਹਿੰਦੀ ਕਿ ਜਗ੍ਹਾ ਵਧੀਆ ਚਲਾਉਣਾ ਸੀ, ਉਹ ਮਹਿੰਗੇ ਪੌਦੇ ਸੀਗੇ। ਇਹ ਜਿਹੜਾ ਮਹਿੰਗਾ ਇੰਨਾ ਨਹੀਂ, ਇੱਥੇ ਇੱਥੇ ਉਹ ਇਸ ਜਗ੍ਹਾ ਤੇ ਰੇਤ ਹੀ ਪਈ ਹੋਈ ਹੈ, ਇੱਥੇ ਕਿਹੜਾ ਏਡੀ ਭਲ ਵਾਲੀ ਜ਼ਮੀਨ। ਯਾਨੀ ਤੁਸੀਂ ਕਹਿੰਦੇ ਹੋ ਕਿ ਇਸ ਇਸ ਰੁੱਖ ਸ਼ੈੱਡ ਹੋਣਾ ਚਾਹੀਦਾ ਸੀ। ਸਹੀ ਹੈ, ਹੁਣ ਦੀਵਾਰ ਦੀ ਛਾਂ ਰਲੀ ਹੋਈ ਆ। ਤੇ ਤੁਸੀਂ ਉਦੋਂ ਪਹਿਲੇ ਕਿਉਂ ਨੀ ਮਸ਼ਵਰਾ ਦਿੱਤਾ? ਅੱਛਾ ਅੱਛਾ, ਜੀ ਦੇਖੇ। ਅੱਛਾ, ਸਾਫ ਸਫਾਈ ਦੇ ਕਿੰਨੀ ਖੂਬਸੂਰਤ ਲੱਗਦੀ ਹੈ, ਕਿੰਨੀ ਪਿਆਰੀ ਲੱਗਦੀ ਹੈ। ਚਲੋ, ਚਨੇ ਪਾ ਕੇ ਨਾ ਮੈਂ ਬੋਇਲ ਹੋਣ ਵਾਲਾ ਤੇ ਫਿਰ ਧੋਲਾ ਬਰਤਨ ਤੇ ਫਿਰ ਲੱਕੜੀ ਵਾਲੇ ਚੁੱਲ੍ਹੇ ਤੇ ਬਣਾਉਂਦੀ ਹਾਂ ਬੈਠ ਕੇ ਚਾਵਲ। ਅਗਰ ਗੈਸ ਤੇ ਬਣਾਵਾਂ ਤੇ ਫਿਰ ਬਣਤਾ ਮਿੰਟਾਂ 'ਚ ਜਾਣੇ ਆਪਾਂ। ਤੁਸੀਂ ਗੈਸ ਤੇ ਬਣਾ ਲਓ, ਲੱਕੜੀ ਤੇ ਕੁੱਕਰ ਖਰਾਬ ਨਾ ਕਰੋ ਬਸ। ਨਹੀਂ, ਕੁੱਕਰ 'ਚ ਸਿਰਫ ਚਨੇ ਬੋਇਲ ਕਰਨੇ ਆ। ਇਹ ਚਨੇ ਪਾ ਲਏ ਸਾਰੇ, ਤੇ ਤੁਹਾਨੂੰ ਪਤਾ ਮੈਂ ਗੈਸ ਵੀ ਤਾਂ ਬਚਾਉਣਾ ਨਾ। ਮੈਂ ਕਿਹਾ ਮੱਖੀ ਦਾ ਵੀ ਮੌਸਮ ਹੈ। ਨਾਲੇ ਹੁਣ ਬਰਤਨ ਵਾਲਾ ਟੋਕਰਾ ਧੋ ਕੇ ਆਈਆਂ, ਇਹ ਚੀਜ਼ਾਂ ਧੋ ਕੇ ਲਿਆਉਂਦੀਆਂ, ਚਾਵਲ ਭਿੰਗ ਕੇ ਲਿਆਉਂਦੇ ਆ, ਅਤੇ ਇਸ ਤਰ੍ਹਾਂ ਨਾਲ ਨਾਲ ਹੀ ਸਾਰੇ ਹੁਣ ਅੱਗ ਬਾਲ ਕੇ ਪੱਕਣ ਵਾਸਤੇ ਰੱਖ ਲਏ ਆ, ਅਤੇ ਫਟਾਫਟ ਹੁਣ ਨਾ ਕਰ ਲੈਂਦੇ ਸਾਰਾ ਕੁਛ ਤਿਆਰ। ਅਤੇ ਚਨੇ ਜਦੋਂ 10 ਮਿੰਟ ਹੋ ਗਏ ਮੈਨੂੰ ਦੱਸ ਦਿਓ। ਹਾਂਜੀ, ਤੇਰੀ ਤਾਂ ਗੱਡੀ ਉਹ ਭਾਈ ਖਰਾਬ ਰਹਿੰਦੀ ਹੈ, ਸਾਡਾ ਤਾਂ ਬਲੌਗ ਦਾ ਤੁਸੀਂ ਨਾਲ ਕੀ ਲੱਗਦਾ ਨਾ ਬੋਲ ਬੋਲ ਕੇ। ਫਿਰ ਕਾਫੀ ਸਾਰੀਆਂ ਭੈਣਾਂ ਜਿਹੜੀਆਂ ਆਲੂ ਦਾ ਜ਼ਿਆਦਾ ਪਸੰਦ ਕਰਦੀਆਂ ਵਾ, ਲੱਕੜੀ 'ਤੇ ਖਾਣਾ ਬਣਾਇਆ, ਸਾਰੇ ਕੋਲ ਬਾਲਣ ਵੀ ਆ, ਚੁੱਲ੍ਹਾ ਵੀ ਅੱਲਾ ਪਾਕ ਨੇ ਹਰ ਸੁੰਦਰ ਦਿੱਤੀ ਹੁੰਦੀ ਆ, ਅਤੇ ਮੈਂ ਤਾਂ ਚਲੋ ਲੱਕੜੀ 'ਤੇ ਖਾਣਾ ਬਣਾ ਲਈ ਹੈ ਗੈਸ 'ਤੇ, ਅਤੇ ਹੈ ਤਾਂ ਸੋਫਾ ਬਰਤਨ ਧੋਣੇ ਵੀ ਅਤੇ ਖਾਣਾ ਬਣਾਉਣਾ ਵੀ ਜਲਦੀ।
ਲੱਕੜੀ ਤੇ ਮੇਰੇ ਕੋਲ ਇੱਕ ਡੇਢ ਸ਼ਾਮ ਤੱਕ ਬਣਦੀ ਹੈ ਤੇ ਗੈਸ ਤੇ ਚੱਲ ਦੋ ਦਿਨ ਬੰਦਾ ਬਣਵਾ ਲਈ ਕਿਉਂਕਿ ਉਹ ਇੱਕ ਚੁੱਲ੍ਹੇ ਇੱਕ ਸਾਈਡ ਤੇ ਕਰਾ ਕੇ ਇੱਕ ਸਾਈਡ ਤੇ ਕਰਾ ਕੇ ਫਟਾਫਟ ਕੋਲ ਚੀਜ਼ਾਂ ਪਈਆਂ ਹੁੰਦੀਆਂ ਇੱਥੇ ਬੜਾ ਮੈਨੂੰ ਲੇਟ ਹੋ ਜਾਂਦਾ ਵਾ ਅਤੇ ਫਿਰ ਉਹ ਚੌਲ ਗਰਮ ਹੋ ਗਿਆ ਪਿਆਜ਼ ਪਾ ਦਿੰਦੀ ਹਾਂ ਚਮਚਾ ਵੀ ਮੈਂ ਲੈ ਕੇ ਆਈ ਹਾਂ ਅਜੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਨਾ ਲੱਕੜੀ ਦਾ ਅਤੇ ਗੈਸ ਦਾ ਫਰਕ ਕੀ ਆ ਮੈਂ ਕਹਿੰਦਾ ਕਿ ਲੱਕੜੀ 'ਤੇ ਜ਼ਿਆਦਾ ਟੇਸਟੀ ਖਾਣਾ ਬਣਦਾ ਅੱਛਾ ਜੀ ਅੱਛੀ ਤਰ੍ਹਾਂ ਚਨੇ ਬੋਇਲ ਕਰਕੇ ਕੋਲ ਰੱਖ ਲਿਆ ਸਿਰਫ ਨਮਕ ਪਾਉਣਾ ਵਾ ਲਾਲ ਮਿਰਚ ਵੀ ਪਾਣੀ ਆ ਲਾਲ ਮਿਰਚ ਕਿੰਨਾ ਪਾਣੀ ਨਹੀਂ ਪਾਉਣਾ ਕਿਉਂਕਿ ਫਿਰ ਥੋੜ੍ਹਾ ਨਹੀਂ ਸਾਫ ਕਰਦਾ ਗੰਦੇ ਪਾਉਣਾ ਫਿਰ ਇਸ ਤਰ੍ਹਾਂ ਦੀ ਚੀਜ਼ ਬਣਾਉਂਦੀ ਵੀ ਜਾਨ ਕਰਕੇ ਵੀ ਚਲੋ ਜਾਨ ਵੀ ਅੱਛੀ ਤਰ੍ਹਾਂ ਟਮਾਟਰ ਨਰਮ ਹੋ ਜਾਂਦੇ ਅਤੇ ਵਿੱਚ ਚਨੇ ਪਾ ਦਿੰਦੇ ਹਾਂ ਅਤੇ ਅੱਛੀ ਤਰ੍ਹਾਂ ਭੁੰਨ ਕੇ ਇਸ 'ਤੇ ਮਜ਼ੇਦਾਰ ਜਿਹਾ ਪਲਾਓ ਬਣਾਉਂਦੇ ਹਾਂ ਅੱਛੀ ਤਰ੍ਹਾਂ ਨਰਮ ਹੋ ਗਿਆ ਹੁਣ ਪਾਣੀ ਚਨੇ ਅਤੇ ਚਨਿਆਂ ਦੇ ਵਿੱਚ ਨਾ ਮੈਂ ਬੋਇਲ ਕਰਨ ਲੱਗੀ ਲਸਣ ਪਾ ਦਿੱਤਾ ਸੀ ਚਿੰਨ ਹੁਣ ਤਾਂ ਨਾ ਅੱਛਾ ਮਸਾਲਾ ਜੇ ਵੀ ਬਣ ਜਾਏਗਾ ਅਤੇ ਲਸਣ ਵੀ ਬਿਲਕੁਲ ਬੋਇਲ ਹੋ ਗਿਆ ਨਰਮ ਹੋਇਆ ਵਾ 3 ਮਿੰਟ ਲੱਗਣਾ ਵਾ ਚਾਵਲ ਬਣਾਉਣ ਲੱਗਿਆ ਅੱਛਾ ਜੀ ਸੁੱਕੀਆਂ ਲੱਕੜੀਆਂ ਨਾ ਅੱਗ ਦੇਖੋ ਕਿੰਨੀ ਅੱਛੀ ਪਾਲਦੀ ਪਈ ਹੈ ਅੱਛੀ ਤਰ੍ਹਾਂ ਚਨੇ ਪਾਉਣ ਕੇ ਪਾਣੀ ਪਾ ਦਿੱਤਾ ਵਾ ਹੁਣ ਪਾਣੀ ਅੱਛੀ ਤਰ੍ਹਾਂ ਬੋਇਲ ਹੋਏਗਾ ਅਤੇ ਚਾਵਲ ਪਾਉਂਦੇ ਹਾਂ ਅਤੇ ਮਜ਼ੇਦਾਰ ਜਿਹਾ ਪਲਾਓ ਬਣਾਉਂਦੇ ਹਾਂ ਇਸ ਵਕਤ ਜਿਹੜਾ ਨਾ ਦੇਖੋ ਮੈਂ ਦੁੱਧ ਲੈਣ ਚੱਲੇ ਹਾਂ ਸ਼ਾਮ ਦਾ ਟਾਈਮ ਜੀ ਅਸੀਂ 1 ਕਿਲੋ ਸੁਬਹ ਲੈਂਦੇ ਹਾਂ 1 ਕਿਲੋ ਸ਼ਾਮ ਲੈਂਦੇ ਹਾਂ ਜੀ 2 ਕਿਲੋ ਅਸੀਂ ਦੁੱਧ ਲੈਂਦੇ ਹਾਂ ਅਤੇ ਇਸ ਟਾਈਮ ਜਿਹੜਾ ਨਾ ਹੁਣ ਅੱਗੇ ਉਮਾਰ ਲੈ ਕੇ ਆਉਂਦਾ ਵਾ ਅਤੇ ਹੁਣ ਮੈਂ ਲੈਣ ਜਾਂਦਾ ਪਿਆ ਦੇਖੋ ਪਿੱਛੇ ਸੂਰਜ ਜਿਹੜਾ ਨਾ ਅਜੇ ਥੋੜ੍ਹਾ ਥੋੜ੍ਹਾ ਰਹਿੰਦਾ ਮਗਰਬ ਤੋਂ ਹਜੇ ਤਕਰੀਬਨ ਕੋਈ ਮਗਰਬ 'ਚ ਜਿਹੜਾ ਨਾ ਤਕਰੀਬਨ ਮਗਰਬ 'ਚ ਪਿਆ ਟਾਈਮ ਕੋਈ 15 ਕੁ ਮਿੰਟ ਪਏ ਆ 10-15 ਮਿੰਟ ਜੀ ਅਤੇ ਹੁਣ ਮੈਂ ਜਾ ਰਿਹਾ ਦੁੱਧ ਲੈਣ ਵਾਸਤੇ ਜੀ ਦੇਖੋ ਕਿੰਨਾ ਅੱਛਾ ਲੱਗਦਾ ਵਾ ਅੱਛਾ ਜੀ ਦੁੱਧ ਨਹੀਂ ਮਿਲਿਆ ਹੈਗਾ ਉਹ ਕਹਿੰਦੇ ਕਿ ਜਿਹੜਾ ਨਾ ਦੁੱਧ ਠਹਿਰ ਕੇ ਲੈ ਕੇ ਜਾਓ ਹਜੇ ਚੋਇਆ ਨਹੀਂ ਹੈਗਾ ਅਤੇ ਮੈਂ ਕਿਹਾ ਚਲੋ ਠੀਕ ਆ ਅਤੇ ਅਸੀਂ ਹੁਣ ਵਾਪਸ ਆਪਣੇ ਘਰ ਆ ਗਏ ਅਤੇ ਜੀ ਚਲੋ ਜੀ ਮਾਸ਼ਾਅੱਲਾ ਜ਼ਬਰਦਸਤ ਕਿਆ ਹੀ ਕਹਿਣੇ ਜੀ ਚਾਵਲ ਪਾ ਕੇ ਪਰਾਤ ਪਾ ਲਿਆ ਅਤੇ ਲਿਆਓ ਇਹਨਾਂ ਨੂੰ ਫਿਰ ਉੱਥੇ ਵਿੱਚ ਕਿੱਥੇ ਫਿਰ ਪਰਾਤ ਨਹੀਂ ਬਸ ਲੈ ਲਈਏ ਇੱਥੋਂ ਬਣਾ ਬਸ ਮਿਰਚ ਨਹੀਂ ਪਾਈ ਹੈਗੀ ਨਮਕ ਪਾਇਆ ਹਰੀਆਂ ਮਿਰਚਾਂ ਪਾਈਆਂ ਵਾ ਤਾਂ ਬਸ ਚਨੇ ਪਾਏ ਇਸ ਕਰਕੇ ਕਲਰ ਵਾਈਟ ਵਾਈਟ ਆ ਅਤੇ ਬਸ ਠੀਕ ਆ ਚਲੋ ਸਹੀ ਹੋ ਗਿਆ ਇਹਦੇ ਨਾਲ ਹੀ ਅਸੀਂ ਆਪਣੇ ਵਲੌਗ ਦਾ ਐਂਡ ਕਰਦੇ ਹਾਂ ਜੀ ਇਨਸ਼ਾਅੱਲਾ ਫਿਰ ਮਿਲਦੇ ਹਾਂ ਨੈਕਸਟ ਵੀਡੀਓ 'ਚ ਅੱਲਾ ਹਾਫਿਜ਼